ਹਾਂਜੀ ਕਿੱਦਾਂ ਸਾਰੇ ਸਾਰੇ ਸਤਿ ਸ਼੍ਰੀ ਅਕਾਲ ਇਹ ਵੀਡੀਓ ਉਹੀ ਸ਼ੇਅਰ ਕਰਿਓ ਜਿਨ੍ਹਾਂ ਨੂੰ ਇਸ ਗੱਲਾਂ ਤੇ ਯਕੀਨ ਹੋ ਕਿਉਂਕਿ ਇਸ ਵੀਡੀਓ 'ਚ ਅਜਿਹੀਆਂ ਗੱਲਾਂ ਤੁਹਾਡੇ ਦਿਮਾਗ ਨੇ ਕਹਿਣਾ ਸੱਚ ਨਹੀਂ ਹੋ ਸਕਦਾ ਉਹੀ ਸ਼ੇਅਰ ਕਰਿਓ ਜਿਨ੍ਹਾਂ ਨੂੰ ਯਕੀਨ ਹੈ ਜਿਨ੍ਹਾਂ ਨੂੰ ਨਹੀਂ ਯਕੀਨ ਨਾ ਸ਼ੇਅਰ ਕਰਿਓ ਓਕੇ ਜੀ ਸ਼ੁਰੂ ਕਰਦੇ ਆਂ ਤੇ ਇਹ ਬੰਦਾ ਦੁਨੀਆ ਦਾ ਪਹਿਲਾ ਇਨਸਾਨ ਹੋਇਆ ਆਪਣੇ ਆਪ 'ਚ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਸੀ ਹਾਂਜੀ ਸਹੀ ਸੁਣਿਆ ਤੁਸੀਂ ਕੁੜੀ ਨੂੰ ਜਨਮ ਦਿੱਤਾ ਸੀ ਇਸ ਨੇ ਅੱਜ ਦੇ ਦਿਨ 2007-08 ਦੇ ਗੇਟ 'ਚ ਥੋਮਸਿਸ ਦਾ ਨਾਂ ਹੋਇਆ ਤੇ ਇਸ ਨੇ ਕੁੜੀ ਨੂੰ ਜਨਮ ਦਿੱਤਾ ਸੀ ਤੇ ਮਤਲਬ ਹਨਾ ਵੀ ਕਿਹਾ ਜਾਂਦਾ ਹਨਾ ਵੀ ਦੇਖ ਸਕਦੇ ਆ ਵੀ ਮਤਲਬ ਇਹ ਸੱਚ ਚ ਗੱਲਾਂ ਅਜਹੀਆਂ ਹੀ ਆ ਕੁਝ ਵੀ ਜਿਹੜੀਆਂ ਨਹੀਂ ਯਕੀਨ ਹੋਣਾ ਪਰ ਇਹ ਸੱਚ ਹੋ ਚੁੱਕਾ ਆ ਜੀ ਤੇ ਤਾਂ ਹੀ ਮੈਂ ਕਹਿਣਾ ਹੁੰਨਾ ਵੀ ਨਿਆਣਿਆਂ ਨੂੰ ਦਿਖਾਇਆ ਕਰੋ ਸੈਸ ਕਿੱਥੇ ਪਹੁੰਚ ਗਈ ਹਨਾ ਕਿਦਾਂ ਕਿਦਾਂ ਹਨਾ ਅਸੀਂ ਕਿਹੜਿਆਂ ਕੰਮਾਂ 'ਚ ਪਿਓ ਆ ਤੇ ਇਸ ਦਾ ਨਾਮ ਥੌਮਸ ਆ ਤੇ ਇਸ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਸੀ ਤੇ ਕਿਸ ਤਰ੍ਹਾਂ ਜਨਮ ਦਿੱਤਾ ਬੰਦਾ ਕਿਦਾਂ ਪ੍ਰੈਗਨੈਂਟ ਹੋ ਗਿਆ ਕੀ ਹਿਸਾਬ بتاਵਿਆ ਇਹ ਸੈਸ ਦਾ ਹੀ ਕਾਰਨਾਮੇ ਆ ਜੀ ਇਸ ਬਾਰੇ ਜਿਸ ਨੇ ਪੜਨਾ ਪੜ ਲਿਓ ਪ੍ਰੈਗਨੈਂਟ ਮੈਨ ਪਰ ਕਈ ਦਾ ਨਾਮ ਆ ਜਾਣਾ ਤੇ ਇਹਦੇ ਬਾਰੇ ਸਾਰਾ ਪੜ ਸਕਦੇ ਆ ਵੀ ਸਾਇੰਸ ਨੇ ਕਿਸ ਤਰ੍ਹਾਂ ਇਹਨੂੰ ਇਦਾਂ ਕੀਤਾ ਹਨਾ ਤੇ ਹੋਰ ਦਿਖਾਉਣੇ ਆ ਜੀ ਤੇ ਇਹ ਬੰਦਾ ਸੰਜੂ ਭਗਤ ਜਿਹੜਾ ਕਿ ਇੰਡੀਆ ਦਾ ਸੀ 35 36 ਸਾਲ ਤੱਕ ਇਹ ਇਸ ਤਰ੍ਹਾਂ ਹੀ ਰਿਹਾ ਇਸ ਨੂੰ ਹੁੰਦਾ ਸੀ ਯਾਰ ਢਿੱਡ 'ਚ ਮਰੇ ਟਿਊਮਰ ਆ ਪਤਾ ਨਹੀਂ ਕੀ ਆ ਪੇਟ ਦਰਦ ਹੋਈ ਜਾਂਦਾ ਜੋ ਵੀ ਹਨਾ ਸੀਰੀਅਸ ਨਹੀਂ ਲਿਆ ਜਿੱਦਾਂ ਹੁੰਦਾ ਹੀ ਆ ਪਿੰਡਾਂ 'ਚ ਬੰਦੇ ਕਹਿੰਦੇ ਯਾਰ ਟਿਊਮਰ ਹੋਣਾ ਕੋਈ ਵੀ ਢਿੱਡ ਫੁੱਲੀ ਜਾਂਦਾ ਪਤਾ ਨਹੀਂ ਕੀ ਚੱਕਰ ਆ ਹਨਾ ਪਰ 35 36 ਸਾਲ ਬਾਅਦ ਜਦੋਂ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਜ਼ਿੰਦਗੀ 'ਚ ਇਸ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ ਤੇ ਉਸ ਸਮੇਂ ਡਾਕਟਰਾਂ ਨੂੰ ਚੈੱਕ ਕਰਾਇਆ ਤੇ ਕੀ ਨਿਕਲਿਆ ਬਾਈ ਜੀ 36 ਸਾਲ ਤੱਕ ਇਹ ਸੰਜੂ ਭਗਤ ਆਪਣੇ ਢਿੱਡ 'ਚ ਆਪਣਾ ਜੋੜਾ ਭਰਾ ਲੈ ਕੇ ਘੁੰਮਦਾ ਰਿਹਾ ਹਾਂਜੀ ਸਹੀ ਸੁਣਿਆ ਤੁਸੀਂ ਇਹ ਜੋੜੇ ਭਰਾ ਹੁਣੇ ਸੀਗੇ ਟਵਿਨ ਹੁਣੇ ਸੀ ਪਰ ਕੁਦਰਤ ਦਾ ਬਾਣਾ ਇਸ ਤਰ੍ਹਾਂ ਦਾ ਵਾਪਰਿਆ ਕਿ ਦੂਜਾ ਭਰਾ ਦੁਨੀਆ ਤੇ ਆ ਨਹੀਂ ਸਕਿਆ ਕਿਸੇ ਤਰ੍ਹਾਂ ਇਸ ਦੇ ਅੰਦਰ ਜੋ ਵੀ ਪਤਾ ਨਹੀਂ ਭਰਾਵੋ ਕੀ ਕੁਦਰਤ ਦੇ ਕਾਰਨਾਮੇ ਆ ਜੋ ਵੀ ਆ ਹਨਾ ਸੋ ਕਹਿੰਦਾ ਭਾਬ 36 ਸਾਲ ਤੱਕ ਇਸ ਤਰ੍ਹਾਂ ਹੀ ਵਿਚਾਰਾ ਘੁੰਮਦਾ ਰਿਹਾ ਤੇ 36 ਸਾਲ ਪਿੱਛੋਂ ਇਸ ਦੇ ਢਿੱਡ ਚੋਂ ਇਸ ਦੇ ਜੋੜੇ ਭਰਾ ਨੂੰ ਕੱਢਿਆ ਗਿਆ ਚਲੋ ਉਹ ਤਾਂ ਮਰ ਗਿਆ ਸੀ ਹਨਾ ਬਈ ਉਹ ਕਿਹੜਾ ਫਿਰ ਹਨਾ ਹੁਣ ਅਸੀਂ ਜੋ ਵੀ ਆ ਸੋ ਕਹਿੰਦਾ ਭਾਬ ਆ ਜੀ ਇਸ ਦੇ ਢਿੱਡ ਚ ਜੋ ਇਸ ਦਾ ਤੁਸੀਂ ਫੁੱਲਿਆ ਢਿੱਡ ਦੇਖ ਸਕਦੇ ਆ ਇਸ ਦਾ ਟਵਿਨ ਭਰਾ ਇਸੇ ਢਿੱਡ ਜਿਸ ਸੰਜੂ ਭਗਤ ਭਰ ਲਿਓ ਤੇ ਇਹਦੇ ਬਾਰੇ ਹੋਰ ਪੜ ਲਿਓ ਇਹਦਾ ਨਾਂ ਦੋਨਾਂ ਨੇ ਮੈਂ ਦੱਸਤੇ ਆ ਤੇ ਇਸ ਤਰ੍ਹਾਂ ਹੀ ਇੱਕ ਬਾਈ ਜੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਾਂ ਕੌਣ ਬਣੀ ਸੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਾਂ ਬਣੀ ਸੀ ਪੇਰੂ ਦੇਸ਼ ਦੀ ਲੀਨਾ ਮਦੀਨਾ ਤੇ ਉਮਰ ਸੀ ਬਾਈ ਜੀ ਕਿੰਨੀ 15 9 10 9 7 9 6 9 5 ਸਾਲ 5 ਸਾਲ ਦੀ ਕੁੜੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਾਂ ਬਣੀ ਆ ਤੇ ਅੱਜ ਤੱਕ ਡਾਕਟਰ ਭੰਬਲ ਪੂਸੇ ਚ ਆ ਵੀ ਕਿਦਾਂ ਕੌਣ ਵਾਪਸੀ ਕੀ ਹਿਸਾਬ ਕਿਤਾ ਵੀ ਮਿਸਟਰੀ ਰਹਿ ਗਈ ਅੱਜ ਤੱਕ ਨਿਆਣਾ ਜੀ ਦੇ ਮੁੰਡਾ ਹੋਇਆ ਸੀ ਬਹੁਤ ਵਧੀਆ ਮੁੰਡਾ ਆਪਣੀ ਉਮਰ ਭੋਗ ਕੇ ਮਰਿਆ ਜੋ ਵੀ ਆ ਹਨਾ ਤੇ ਇਹ ਵੀ ਆਪਣੀ ਵਧੀਆ ਉਮਰ ਭੋਗ ਕੇ ਮਰੀ ਸੀ ਹਨਾ ਮਤਲਬ ਕੋਈ ਮਤਲਬ ਇਹ ਨਹੀਂ ਸੀ ਵੀ ਮੁੰਡਾ ਜੀਉਂਦਾ ਜਦੋਂ ਮੁੰਡੇ ਦਾ ਜਨਮ ਹੋਇਆ ਉਦੋਂ ਹੀ ਮਰ ਗਿਆ ਇਸ ਤਰ੍ਹਾਂ ਕੁਝ ਨਹੀਂ ਸੀ ਹੋਇਆ ਤੇ ਸਹੀ ਸਾਰਾ ਕੁਝ ਜਿੱਦਾਂ ਜੱਚਾ ਬੱਚਾ ਹੁੰਦਾ ਹੀ ਆਮ ਔਰਤਾਂ ਦੇ ਸਾਰਾ ਕੁਝ ਉਸ ਤਰ੍ਹਾਂ ਹੀ ਹੋਇਆ ਪੂਰੀ ਉਮਰ ਭੋਗ ਕੇ ਮਰੇ ਦੋਈ ਜਣੇ ਇਹ ਆ ਜੀ ਕੁੜੀ ਦਾ ਨਾਮ ਲੀਨਾ ਮਦੀਨਾ 5 ਸਾਲ ਦੀ ਉਮਰ 'ਚੇ ਮਾਂ ਬਣ ਗਈ ਸੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਾਂ ਇਹ ਮੈਡੀਕਲ ਹਿਸਟਰੀ 'ਚ ਕਿਹਾ ਜਾਂਦਾ 5 ਸਾਲ ਹੁਣ 5 ਸਾਲ ਦੀ ਉਮਰ 'ਚ ਹਾਰਮੋਨ ਕਿੱਦਾਂ ਹੋਏ ਕਿੱਦਾਂ ਇਹਦਾ ਪ੍ਰਭਾਵ ਉਹ ਹੀ ਬਈ ਕੁਦਰਤ ਦੇ ਰੰਗ ਕਰਤਾਰ ਦੇ ਆ ਹਨਾ ਪਤਾ ਨਹੀਂ ਜੋ ਪਰ ਹੋ ਗਿਆ ਸੀ ਇਹ ਜੋ ਤਸਵੀਰਾਂ ਦੇਖ ਰਹੇ ਆ ਇਹ ਕੋਈ ਐਡਿਟ ਨਹੀਂ ਕੀਤੀਆਂ ਹੋਈਆਂ ਇਹ ਸੱਚ ਆ ਲੀਨਾ ਮਦੀਨਾ ਇਹਦਾ ਨਾਮ ਵੀ ਦੱਸਤਾ ਹੋਰ ਤਸਵੀਰਾਂ ਇਸ ਦੀਆਂ ਦੇਖ ਸਕਦੇ ਆ ਬੱਚੇ ਨਾਲ ਇਸ ਦੀਆਂ ਕਾਫੀ ਤਸਵੀਰਾਂ ਆ ਤੇ ਇਸ ਦੀਆਂ ਅਗਲੀ ਉਮਰ ਦੀਆਂ ਵੀ ਤਸਵੀਰਾਂ ਹੈਗੀਆਂ ਹਨਾ ਤੇ ਬਾਕੀ ਮਿੱਤਰੋ ਕੱਲ ਪਰਸੋਂ ਨੂੰ ਪਹਿਲੀ ਤਰੀਕ ਤੋਂ ਟਿਕਟੌਕ ਤੇ ਬਣਾਉਣੇ ਆ ਆਈਡੀ ਕਿਉਂਕਿ ਇਦਾਂ ਦੀਆਂ ਚੀਜ਼ਾਂ ਟਿਕਟੌਕ ਤੇ ਇੱਕ ਇੱਕ ਕਰਕੇ ਵਧੀਆ ਪੋਸਟ ਹੋ ਜਾ ਕਰਦੀਆਂ ਸੋ ਲਿੰਕ ਸ਼ੇਅਰ ਕਰ ਨੂੰ ਟਿਕਟੌਕ ਤੇ ਵੀ ਫੋਲੋ ਕਰਿਓ ਹਨਾ ਸੋ ਇਦਾਂ ਦੀਆਂ ਸ਼ੇਅਰ ਕਰਿਓ ਹਨਾ ਮਤਲਬ ਦਿਖਾਇਓ ਪਈ ਹਨਾ ਪਈ ਗੱਲ ਉਹੀ ਆ ਯਕੀਨ ਦਾ ਥੋੜਿਆਂ ਨੂੰ ਹੋਣਾ ਪਰ ਜਿਨ੍ਹਾਂ ਨੂੰ ਵੀ ਹੋਇਆ ਹਨ ਤੇ ਬਾਕੀ ਅੱਜ ਦੇ ਦਿਨ ਦੁਨੀਆ ਦਾ ਸਭ ਤੋਂ ਪਹਿਲਾ ਐਮਰਜੈਂਸੀ ਨੰਬਰ ਇੰਗਲੈਂਡ 'ਚ ਸ਼ੁਰੂ ਹੋਇਆ ਸੀ 999 1937 'ਚ ਹਾਂਜੀ ਇਹ ਉਸ ਸਮੇਂ ਦੀ ਅਖਬਾਰਿਆ 1 ਜੁਲਾਈ 1937 ਦੀ ਡਾਇਲ 999 ਇਨ ਐਨ ਐਮਰਜੈਂਸੀ ਦੁਨੀਆ ਦਾ ਸੰਸਾਰ ਦਾ ਸਭ ਤੋਂ ਪਹਿਲਾ ਐਮਰਜੈਂਸੀ ਕਾਲ ਕਿੱਥੇ ਹੋਈ ਸੀ ਇੰਗਲੈਂਡ 'ਚ ਅੱਜ ਦੇ ਦਿਨ 1937 'ਚ ਸੋ ਨੰਬਰ ਸੀਗਾ 999 999 ਬਾੜਾ ਹੀ ਦੂਦ ਤੇ ਬਾਕੀ ਹੋਰ ਕਿਹੜੇ ਦੇਸ਼ਾਂ 'ਚ 999 ਆ ਹਨਾ ਕਿਤੇ 112 ਆ ਕਿਤੇ 111 ਆ ਕਿਤੇ ਕੋਸ਼ ਆ ਕਿਤੇ ਕੋਸ਼ ਆ ਹਨਾ ਸੋ 999 ਨੰਬਰ ਇਹਨਾਂ ਦੇਸ਼ਾਂ 'ਚ ਆ ਹਨਾ ਸੋ ਜੇ ਕੋਈ ਨਾ ਦੇਸ਼ਾਂ 'ਚ ਆਪਣੀ ਵੀਡੀਓ ਸੁਣਦਾ ਦੱਸਿਓ ਤਾਂ ਜੁਏ ਹੀ ਤੋਂ ਬਹੁਤ ਭਰਾ ਸੁਣਦੇ ਆ ਸੱਚੀ ਗੱਲ ਆ ਵੀ ਤੁਹਾਡੇ 999 ਨਹੀਂ ਆ ਹਨਾ ਬਹਿਰੀਨ ਤੋਂ ਵੀ ਬੜੇ ਵੀਰ ਸੁਣਦੇ ਆ ਆਪਣੇ ਹਨਾ ਤੇ ਬਾਕੀ ਹੋਰ ਕਿਹੜੇ ਦੇਸ਼ ਤੋਂ ਸਿੰਗਾਪੁਰ ਤੋਂ ਵੀ ਹੈਗੇ ਕਤਰ ਤੋਂ ਵੀ ਆਪਾਂ ਨੂੰ ਬਹੁ ਵੀਡੀਓ ਦੇਖਦੇ ਪੋਲੈਂਡ ਤੋਂ ਸਾਊਦੀ ਅਰਬ ਤੋਂ ਇੰਗਲੈਂਡ ਤੋਂ ਤਾਂ ਹੈਗੇ ਹੈਗੇ ਆ ਹਨਾ ਸੋ ਦੱਸਿਓ ਵੀ ਇਹ ਸੱਚੀ ਤੁਹਾਡੇ ਦੇ ਇੱਛਾ 'ਚ 999 ਹੈ ਕਿਉਂਕਿ ਤੁਸੀਂ ਉੱਥੇ ਦੇ ਵਸਨੀਕ ਆ ਹਨਾ ਸੋ ਮਤਲਬ ਮੇਕ ਸ਼ੋਰ ਕਰ ਲਈਏ ਹਨਾ ਤੇ ਦੱਸਿਓ ਮੜ ਜਾ ਕਮੈਂਟਾਂ 'ਚ ਵੀ ਬਾਈ ਸਹੀ ਆ ਸਾਡੇ ਐਮਰਜੈਂਸੀ ਨੰਬਰ ਇਹੀ ਆ ਤੇ ਬਾਕੀ ਜੀ ਪੰਜਾਬੀ ਕੁੜੀ ਇੱਥੇ ਸਰੀ ਡੈਲਟਾ ਸ਼ਹਿਰ ਦੀ ਮਾਣ ਮਾਣ ਆ ਜੀ ਇਦਾਂ ਦੀਆਂ ਕੁੜੀਆਂ ਤੇ ਓਲੰਪਿਕ ਲਈ ਚੁਣੀ ਗਈ ਆ ਹਾਂਜੀ ਸਹੀ ਸੁਣਿਆ ਤੁਸੀਂ ਗੁਰਪ੍ਰੀਤ ਸੋਹੀ ਤੇ ਇਹਨੇ ਗੇਮ ਆ ਇੱਕ ਜੀ ਬਾਟਰਪੋਲੋ ਕੈਨੇਡਾ ਦੀ ਟੀਮ ਜਾਣੀ ਆ 올ੰਪਿਕ ਜੀ ਬਾਟਰਪੋਲੋ ਚ ਉਸ ਚ ਇਹਨਾਂ ਦੀ ਚੋਣ ਹੋਈ ਆ ਜੀ ਵਧਾਈਆਂ ਸਾਡੇ ਵੱਲੋਂ ਦੇਖ ਸਕਦੇ ਆ ਉਹ ਜਰਸੀ ਤੇ ਵੀ ਲਿਖਿਆ ਬਾਟਰਪੋਲੋ ਹਨਾ 올ੰਪਿਕ ਜੀ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਜੀ ਸਾਡੇ ਵੱਲੋਂ ਵਧਾਈਆਂ ਤੇ ਬੈਸਟ ਵਿਸ਼ਸ ਗੁਰਪ੍ਰੀਤ ਕੌਰ ਸੋਹੀ ਇਹਨਾਂ ਦਾ ਨਾਮ ਆ ਜੀ ਤੇ ਬਾਕੀ ਗੱਲਾਂ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ ਆ ਦੱਸਿਓ ਯਾਰ ਪੰਜਾਬ ਦੀ ਰਾਜਨੀਤੀ 'ਚ ਬੜੀ ਉਸਲ-ਪੁਸਲ ਹੋ ਰਹੀ ਆ ਸਿੱਧੂ ਸਾਹਿਬ ਕਹਿੰਦੇ ਬੀਬੀ ਪ੍ਰਿੰਕਾ ਗਾਂਧੀ ਨੂੰ ਮਿਲੇ ਸੀਗੇ ਤੇ ਹੁਣ ਇਸ ਵੇਲੇ ਰਾਹੁਲ ਗਾਂਧੀ ਦੇ ਕੋਲ ગયો ਆ ਰਾਹੁਲ ਗਾਂਧੀ ਨੂੰ ਮਿਲ ਰਿਹਾ ਹੁਣ ਜਦੋਂ ਵੀਡੀਓ ਚੱਲ ਰਹੀ ਆ ਜਾਂ ਮੇਲ ਹਟੇ ਆ ਜੋ ਵੀ ਆ ਹਨਾ ਇੱਕ ਘੰਟਾ ਪਹਿਲਾਂ ਹਨਾ ਜਾਂ ਹੁਣ ਵੀ ਬਾਰਤਾਲਾਪ ਚੱਲ ਰਹੀ ਆ ਜੋ ਵੀ ਆ ਮarre ਦੱਸਿਓ ਕਮੈਂਟਾਂ 'ਚ ਵੀ ਹੋ ਗਈ ਰਿਆ ਪੰਜਾਬ ਦੀ ਰਾਜਨੀਤੀ 'ਚ ਹਨਾ ਵੀ ਕੋਈ ਕਹੀ ਜਾਂਦਾ ਵੀ ਸਿੱਧੂ ਆਮ ਆਦਮੀ ਚਾਉ ਹਨਾ ਸੇ ਹੁਣ ਪ੍ਰਿੰਕਾ ਗਾਂਧੀ ਨੂੰ ਵੀ ਮਿਲਿਆ ਰਜੀਵ ਗਾਂਧੀ ਨੂੰ ਵੀ ਉਹ ਸੱਚ ਰਾਹੁਲ ਗਾਂਧੀ ਨੂੰ ਵੀ ਸੋ ਅਗਲੇ ਮੁੱਖ ਮੰਤਰੀ ਦੇ ਦਾਵੇਦਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਲੋ ਵੀ ਹੋ ਸਕਦੇ ਆ ਹਨ ਸੋ ਪਤਾ ਨਹੀਂ ਬਾਈ ਜੀ ਰਾਜਨੀਤੀ ਬੜੀ ਮਤਲਬ ਹਨਾ ਬਈ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸਮਝਣਾ ਤੇ ਕਾਮ ਆਦਮੀ ਨੇ ਵੀ ਐਲਾਨ ਕਰਤਾ ਵੀ ਬਿਜਲੀ ਤੁਹਾਡੀ 300 ਯੂਨਟ ਐਦਾਂ ਬਾਈ ਜੀ ਮੈਂ ਚਲੋ ਠੀਕ ਆ ਕਹਿੰਨਾ ਆਮ ਆਦਮੀ ਵਧੀਆ ਕੰਮ ਕਰਦੀ ਪਰ ਇਸ ਦੇ ਨਾਲ ਮੈਂ ਸਹਿਮਤ ਨਹੀਂ ਪਰ ਜਿੱਦਾਂ ਦੀ ਲੋਕਾਂ ਦੀ ਸੋਚ ਆ ਉਹਨਾਂ ਨੇ ਉਦਾਂ ਦੇ ਫਿਰ ਲੋਲੀਪੌਪ ਦੇਣੇ ਸਾਰੀਆਂ ਪਾਰਟੀਆਂ ਨੇ ਤੁਸੀਂ ਹੈਗੇ ਹੀ ਉਨੇ ਜੋਗੇ ਆ ਫਿਰ ਭਾਜੀ ਬਿਜਲੀ ਦੇ ਦਿਓ ਭਾਜੀ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਫਿਰ ਹੁਣ ਆਮ ਆਦਮੀ ਵੀ ਕੀ ਕਰੇ ਭਰਾਵੋ ਜਿੱਦਾਂ ਦੇ ਮੋਹਰੇਓ ਮਤਲਬ ਹੈ ਨਾ ਜੋ ਮਾਲ ਵੇਗਦਾ ਫਿਰ ਦੁਕਾਨਦਾਰ ਤਾਂ ਉਹੀ ਵੇਚਦਾ ਸਹੀ ਹੈ ਨਾ ਸੋ ਹਰ ਇੱਕ ਨੇ ਜਿੱਤਣ ਲਈ ਇਦਾਂ ਦੇ ਵੀ ਭਰਾਵੋ ਤੁਸੀਂ ਕਹੋ ਵੀ ਬਾਈ ਸਾਨੂੰ ਨਹੀਂ ਬਿਜਲੀ ਚਾਹੀਦੀ ਇਦਾਂ ਸਾਨੂੰ ਸਮਰੱਥ ਕਰ ਦਿਓ ਵੀ ਆਪਾਂ ਸਾਰਾ ਕੁਝ ਆਪਣਾ ਆਪ ਹੀ ਪੇ ਕਰ ਸਕੀਏ ਹਨਾ ਪਰ ਹੁਣ ਕੀ ਕਰੀ ਆਪਾਂ ਆਟਾ ਦਾਲ ਤੇ ਝੂਟਿਆਂ ਮਾਟਿਆਂ ਤੇ ਬਿਜਲੀਆਂ ਤੇ ਉਨੇ ਜੋਗੇ ਹੀ ਰਹਿ ਗਏ ਹਨਾ ਚਲੋ ਕੀ ਕਰ ਸਕਦੇ ਆ ਤੇ ਬਾਕੀ ਇਹਦੇ ਬਾਰੇ ਦੱਸਿਓ ਜੀ ਇਹ ਮੁਲਾਕਾਤ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਊਠ ਕਿਸ ਕਰਵਟ ਬੈਠੇਗਾ ਮੜ ਜਾ ਦਿਓ ਵਿਚਾਰ ਜੀ ਇਹਨਾਂ ਨੂੰ ਨੌਲੇਜ ਆ ਰਾਜਨੀਤੀ ਬਾਰੇ ਹਨਾ ਤੇ ਬਾਕੀ ਅੱਜ ਦੇ ਦਿਨ 1908 ਚ ਰੂਸ ਚ ਇੱਕ ਧਮਾਕਾ ਹੋਇਆ ਸੀ ਸਵੇਰੀਆ ਚ ਪੰਜਾਬੀ ਜੀ ਜਿਹੜਾ ਤਾਰਾ ਡਿੱ ਗਿਆ ਸੀਗਾ ਹਨਾ ਟੁੱਟ ਕੇ ਤੇ ਤਾਰੇ ਦਾ ਭਾਈ ਜੀ ਜਿਹੜੀ ਛੱਟ ਕੇ ਸੀਗੇ 4000 ਮੀਲ 7 8 7000 ਕਿਲੋਮੀਟਰ ਬਣ ਜਾਣਾ 5 7000 ਕਿਲੋਮੀਟਰ ਦੂਰ ਇੰਗਲੈਂਡ 'ਚ ਛੱਟ ਕੇ ਮਹਿਸੂਸ ਹੋਈ ਸੀ ਦੇਖ ਲਓ ਤੇ ਰੂਸ ਤੋਂ ਅਮਰੀਕਾ ਦੇਖ ਲਓ ਕਿੱਥੇ ਆ ਭਈ ਉੱਥੋਂ ਲਾਈਟਾਂ ਆਂਦੀ ਸੀਗੀਆਂ ਸੀਗੀਆਂ ਭਈ ਜਿਹੜਾ ਉਤਾਰਾ ਡ ਗਿਆ ਸੀ ਤੇ ਤਾਰਾ ਇਹ ਡ ਗਿਆ 1908 ਚ ਅੱਜ ਦੇ ਦਿਨ ਕਹਿੰਦੇ ਨੇ ਉਹਨੇ ਪੱਥਰ ੜੇ ਪਾਣਾ ਦੁਨੀਆ ਖਤਮ ਹੋ ਜਾਣੀ ਉਹੀ ਤਾਰਾ ਜਾਂ ਪੱਥਰ ਲਾ ਲਓ ਹਨਾ ਤੇ ਬਾਈ ਜੀ 80 ਮਿਲੀਅਨ 8 ਕਰੋੜ ਦਰਖਤ ਸਾੜ ਕੇ ਸਵਾਹ ਕਰਤੇ ਸੀਗੇ 8 ਕਰੋੜ ਦਰਖਤ ਹਾਂਜੀ ਸਹੀ ਸੁਣਿਆ ਤੁਸੀਂ ਅੱਜ ਦੇ ਦਿਨ 1908 ਚ ਡਿਗਿਆ ਸੀ ਰਸ਼ੀਆ ਚ ਤੇ ਅੱਜ ਤੱਕ ਵਿਗਿਆਨਕਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਬਾਣਾ ਵਰਤ ਗਿਆ ਸੀ ਹਨਾ 8 ਕਰੋੜ ਦਰਖਤ ਦੇਖ ਲਓ ਕਿੰਨੇ ਹੁੰਦੇ ਆ 8 ਕਰੋੜ ਮੂੰਹ ਆਡੁੰਦਾ 8 ਕਰੋੜ ਤੇ ਬਾਕੀ ਭਰਾਵੋ ਤੇ ਮੈਂ ਕਈ ਵਾਰ ਵਿਸ਼ੇ ਰੱਖਦਾ ਉਹਨਾਂ ਪੰਜਾਬ ਪੁਲਿਸ ਬਾਰੇ ਤੇ ਚਲੋ ਆ ਪਤਾ ਨਹੀਂ ਤਸਵੀਰ ਹੁਣ ਦੀ ਐ ਚੰਡੀਗੜ੍ਹ 'ਚ ਪ੍ਰਦਰਸ਼ਨ ਦੀ ਜਾਂ ਪੁਰਾਣੀ ਆ ਪਰ ਜੋ ਵੀ ਆ ਬਹੁਤ ਜ਼ਿਆਦਾ ਮਾੜੀ ਗੱਲ ਐ ਯਾਰ ਦੇਖੋ ਹਨਾ ਬਜ਼ੁਰਗ ਮਾਤਾ ਜੀ ਨੂੰ ਕਿਦਾਂ ਚੱਕ ਕੇ ਉਲ ਜਾ ਰਹੀ ਆ ਪੰਜਾਬ ਪੁਲਿਸ ਸ਼ਰਮਨਾ ਦੀ ਤਾਂ ਚੀਜ਼ ਹੀ ਹੈ ਨਹੀਂ ਕਿ ਮੇਰੀਆਂ ਵੀਡੀਓ ਪੰਜਾਬ ਪੁਲਿਸ ਦੇ ਬਹੁਤ ਵੱਡੇ ਵੱਡੇ ਅਫਸਰ ਵੀ ਦੇਖਦੇ ਆ ਸੋ ਰਿਕੁਐਸਟ ਵੀ ਕਰ ਸਕਦੇ ਆ ਵੀ ਥੋੜਾ ਜਿਹਾ ਉਮਰ ਦਾ ਲਿਆਜ ਕਰ ਲਿਆ ਕਰੋ ਹਨਾ ਸਾਹਿਬ ਜੀ ਜਨਾਬ ਜੀ ਹਨਾ ਜਦੋਂ ਵੀ ਤੁਸੀਂ ਕਰਦੇ ਆ ਵੀ ਮਤਲਬ ਵੀ ਦੇਖੋ ਲੈ ਕਿਦਾਂ ਖੁਸ਼ ਹੋ ਰਹੀ ਆ ਹੈਂ ਭਈ ਜਿੱਦਾਂ ਭਈ 올림픽 ਜੋ ਮੈਡਲ ਜਿੱਤ ਕੇ ਪੋਡੀਅਮ ਤੇ ਖੜ ਕੇ ਮੈਡਲ ਗਰਲ ਚ ਪਵਾਉਣ ਲੱਗੀ ਹੁੰਦੀ ਆ ਕਰਦੀ ਕੀ ਭਈ ਆ ਮਾਤਾ ਜੀ ਨੂੰ ਚੱਕ ਕੇ ਉਲ ਜਾ ਰਹੀ ਆ ਦੇਖ ਲਓ ਭਾਈ ਸ਼ਰਮ ਦਾ ਘਾਟਾ ਇਹਨਾਂ ਨੂੰ 1 2 3 4 5 6 7 ਜਣੀਆਂ ਦੇਖੋ ਮਾਤਾ ਜੀ ਨੂੰ ਕਿੱਦਾਂ ਚੱਕਿਆ ਆ ਹੱਦ ਆ ਯਾਰ ਹੱਦ ਆ ਹੱਦੋਂ ਵੱਧ ਆ ਹੱਦ ਵੀ ਇੱਕ ਤਾਂ ਹੁੰਦੀ ਹੱਦ ਇਹਦਾ ਹੱਦੋਂ ਵੱਧ ਆਵਾ ਹੀ ਉੱਤੇ ਆ ਪੰਜਾਬੀ ਜੀ ਦਾ ਕਹਿਦੀ ਏ ਤੇ ਕਦੀ ਅਧਿਆਪਕਾਂ ਦੇ ਡਾਂਗਾਂ ਕਦੀ ਕਿਸਾਨਾਂ ਦੇ ਕਦੀ ਕੀ ਦੇ ਕਦੀ ਕੀ ਦੇ ਕਦੀ ਕੀ ਦੇ ਇਹ ਇਦਾਂ ਹੀ ਹੋਈ ਜਾਣਾ ਆ ਕਿਉਂਕਿ ਉਹਨਾਂ ਨੂੰ ਪਤਾ ਲੋਕ ਸੁੱਤੇ ਹੋਆ ਕੋਈ ਚੱਕਰ ਨਹੀਂ ਜਿਹੜਾ ਜੂਥ ਆ ਕਲਾਕਾਰਾਂ ਪਿੱਛੇ ਲੜੀ ਜਾਂਦਾ ਆ ਕੋਈ ਕਾਸੇ ਪਿੱਛੇ ਲੜੀ ਜਾਂਦਾ ਲਾਇਓ ਆਪਣੇ ਕੰਮ ਸਾਰੇਆਂ ਨੂੰ ਹਨਾ ਤੇ ਬਾਕੀ ਬਾਈ ਜੀ ਜੇ ਮੈਂ ਚਾਹੁੰਦਾ ਵੀ ਮੈਂ ਕੱਲੀ ਇਦਾਂ ਹੀ ਦਿਖਾ ਸਕਦਾ ਸੀ ਪਰ ਮੇਰਾ ਮਕਸਦ ਇਹ ਆ ਵੀ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਜਦੋਂ ਮੈਂ ਕਹਿਣਾ ਹੁੰਦਾ ਹਨਾ ਆਹ ਚੈਨਲ ਆ Boston Dynamics ਇਹ ਜਰੂਰ ਸਬਸਕ੍ਰਾਈਬ ਕਰ ਲਓ ਨਾ ਇਹ ਨਹੀਂ ਮੈਨੂੰ ਪੈਸੇ ਦਿੱਤੇ ਨਾ ਇਹ ਮੇਰੇ ਕੁਝ ਲੱਗਦੇ ਆ ਮੈਂ ਵੀ ਸਬਸਕ੍ਰਾਈਬ ਕੀਤਾ ਆ ਨਾ ਪਰ ਇਸੇ ਇਹ ਮਤਲਬ ਰੋਬੋਟ ਬਣਾਉਣ ਵਾਲੀ ਕੰਪਨੀ ਆ Boston Dynamics ਇਹਨਾਂ ਨੇ ਆ ਕੱਲ ਵੀਡੀਓ ਪਾਈ 16ਵੇਂ ਨੰਬਰ ਤੇ ਟ੍ਰੈਂਡਿੰਗ ਆ ਬਾਈ ਜੀ ਇਹਨਾਂ ਦੇ ਰੋਬੋਟ ਗਾਣਿਆਂ ਤੇ ਨੱਚਦੇ ਬੰਦਿਆਂ ਕੋ ਬੰਦਿਆਂ ਤੋਂ ਵੀ ਵਧੀਆ ਨੱਚਦੇ ਭਈ ਕੀ ਪਤੰਦਰ ਦੇ ਸਿਸਟਮ ਪਾਉਂਦੇ ਆ ਹਨਾ Boston Dynamics ਪਰ ਲਿਓ ਤੇ 2 ਮਿਲੀਅਨ ਤੋਂ ਵੱਧ ਇਹਨਾਂ ਦੇ ਸਬਸਕ੍ਰਾਈਬਰ ਆ ਕਰ ਲਿਓ ਜੀ ਫਾਲੋ ਹੈਨਾ ਮਤਲਬ ਭਈ ਜਿਹੜੀ ਚੀਜ਼ ਵਧੀਆ ਚਲੋ ਜੀ ਨਹੀਂ ਕਰਨਾ ਕਰ ਲਿਓ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਤੁਹਾਡੇ ਕੰਮ ਦਾ ਹੀ ਆ ਚੈਨਲ ਇਹ ਰੋਬੋਟ ਬਣਾਉਂਦੇ ਆ ਤੇ ਉਹਨਾਂ ਦੇ ਦੱਸਦੇ ਵੀ ਰੋਬੋਟ ਕੀ ਕੀ ਕਰਦੇ ਆ ਹੈਨਾ ਭਈ ਇਹਨ ਸਾਰੇ ਕੰਮ ਬੰਦਿਆਂ ਵਾਲੇ ਕਰਦੇ ਆ ਆ ਗਾਣਾ ਸਪੋਰਟਸ ਔਨ ਇਟ ਇਹ ਮਤਲਬ ਗਾਣੇ ਦਾ ਨਾਮ ਆ ਉਸ ਗਾਣੇ ਤੇ ਨੱਚ ਰਏ ਆ ਤੇਰਾ ਦਾ ਮਟ ਗਿਆ ਭੰਗੜਾ ਦੇਖਿਓ ਤੁਸੀਂ ਰੂ ਖੁਸ਼ ਹੋ ਜੂ ਬੰਦਾ ਕਹਿੰਦਾ ਯਾਰ ਅੱਛਾ ਇਹ ਰੋਬੋਟ ਹੈ ਬੰਦੇ ਹੀ ਲੱਗਦੇ ਪੂਰੇ ਪਤੰਦਰ ਦੇ ਸਟੈਪ ਪਾਉਂਦੇ ਕਿਤੇ ਝਾਫਾ ਪਾਉਂਦੇ ਆ ਮੈਂ ਕਿਹਾ ਵੈਜਾ ਵੈਜਾ ਕਰਾ ਦਿੰਦੇ ਝਾਫਾਂ ਦੀ ਤੇ ਬਾਕੀ ਬਰਾਵੋ ਜਾਂਦੇ ਜਾਂਦੇ ਮੈਂ ਐਡਾ ਨਹੀਂ ਲੈਣਾ ਹੁੰਦਾ ਸੀ ਕਿਉਂਕਿ ਇੱਕ ਜੁਐਲਰੀ ਵਾਲਿਆਂ ਨੇ ਪਾਇਲ ਚ ਆ ਸਾਰੇ ਟੈ ਚੈਨਲਾਂ ਤੇ ਉਹਨਾਂ ਦੀ ਐਡ ਆਉਂਦੀ ਮੇਰੇ ਤੋਂ ਵੀ ਨਹੀਂ ਕਰਾਈ ਸੀ ਮੈਨੂੰ ਪੈਸੇ ਨਹੀਂ ਦਿੱਤੇ ਫੇਰ ਮੇਰਾ ਦਿਲ ਟੁੱਟ ਗਿਆ ਸੀ ਆਪਗੇ ਆਪਾਂ ਨਹੀਂ ਐਡ ਹੂਡ ਕਰਿਆ ਕਰਨੀ ਹਨਾ ਆ ਕੈਨੇਡਾ ਅਮਰੀਕਾ ਦੀ ਸਰਦ ਤੇ ਦੋ ਦਿਨ ਪਹਿਲਾਂ ਵੀਡੀਓ ਕੀਤੀ ਬਾਈ ਜੀ 38 ਲੱਖ ਲੋਕਾਂ ਨੇ ਦੇਖ ਲਈ ਆ 38 ਦੇ ਵੀ 50 ਲੱਖ ਕਰੋੜ ਲੋਕਾਂ ਤੋਂ ਵੱਧ ਕਰੋੜ ਤੋਂ ਵੱਧ ਲੋਕਾਂ ਨੇ ਮੇਰੀ ਵੀਡੀਓ ਦੇਖ ਲੈਣੀ ਆ ਤੇ ਵੈਸੇ ਮੇਰੀ ਐਵਰੇਜ ਵੀਡੀਓ 5 ਤੋਂ 10 ਲੱਖ ਰੋਜ਼ ਲੋਕ ਦੇਖਦੇ ਆ ਸੋ ਜੇ ਕੋਈ ਸਰੀ ਤੋ ਜਾਂ ਕਿਤੇ ਵੀ ਐਡ ਕਰਾਉਣਾ ਚਾਹੁੰਦਾ ਸੰਪਰਕ ਕਰ ਸਕਦੇ ਆ ਭਰਾਵੋ ਬਾਕੀ ਰੇਡੀਓ ਨੂੰ ਤੁਸੀਂ 5000 ਡਾਲਰ ਦੇ ਦਿੰਦੇ ਮੇਰੀ ਬਾਦ ਨੂੰ ਕਹਿੰਦੇ ਚਿਕਨ ਨਾਲ ਰੋਟੀ ਖਾ ਕੇ ਚੱਲ ਜੀ ਹੱਦ ਆ ਥੋੜੀ ਮੈਂ ਯਾਰ ਉਦਹੀਂ ਤੁਰਿਆ ਫਿਰਦਾ ਆ ਪਿੱਛੇ ਚਿਕਨ ਨਾਲ ਰੋਟੀ ਖਾ ਲਈਏ ਚਿਕਨ ਚਿਕਨ ਨਾਲ ਮੜ ਜਾ ਤੂੰ ਲੰਚ ਕਰ ਲਈ ਡਿਨਰ ਕਰ ਲਈ ਕੁੱਕੜ ਖਾ ਲਈ ਆਪਾਂ ਤਾਂ ਕਦੀ ਕੁੱਕੜ ਦੇਖਿਆ ਹੀ ਨਹੀਂ ਹੈ ਨਾ ਸੋ ਭਰਾਵੋ ਜੈਜ ਜੈਜ ਖਰਚਾ ਜਿਹੜਾ ਪੇ ਕਰ ਸਕਦਾ ਐਡ ਆ ਪਹਿਲੀ ਤਰੀਕ ਤੋਂ ਆਪਾਂ ਸ਼ੁਰੂ ਕਰ ਦੇਣੀ ਆ ਰੇਡੀਓ ਤੇ ਵੀ ਵੀਡੀਓ ਚ ਵੀ ਕਰਦਿਆਂ ਕਰਾਂਗੇ ਹਨਾ ਸੋ ਵੀਡੀਓ ਆਪਣੀਆਂ ਤੁਹਾਡੇ ਪਿਆਰ ਸਾਦਕਾ ਚੱਲਦੀਆਂ ਬਹੁਤ ਆ ਹਨਾ ਸੋ ਇਹ ਗੱਲ ਆ ਜਿਹਨੇ ਐਡ ਕਰਾਉਣੀ ਭਰਾਵੋ ਚਾਰਜ ਜਿਹੜੇ ਜੈਜ ਆ ਤੇ ਬਾਕੀ ਉਹ ਪਾਇਲ ਸੈਂਟਰ ਚ ਜਿਹੜੇ ਯੂਨਿਟਰੀ ਵਾਲੇ ਆ ਬਾਕੀ ਸਾਰੇ ਚੈਨਲਾਂ ਤੇ ਉਹਨਾਂ ਦੀ ਐਡ ਆਉਂਦੀ ਆ ਤੇ ਮੇਰੇ ਪੈਸੇ ਨਹੀਂ ਦਿੱਤੇ ਕਿੱਥੇ ਤੋਂ ਡੱਪ ਲਾਉ ਜੂ ਪਹਿਲਾਂ ਇੱਕ ਵਾਰ ਅੱਜ ਉਹਨਾਂ ਨੂੰ ਫੋਨ ਕਰਦਾ ਜੇ ਪੈਸੇ ਦੇਣੇ ਠੀਕ ਆ ਨਹੀਂ ਤਾਂ ਤੁਹਾਡੀ ਹੋਰ ਮਸ਼ਹੂਰੀ ਕਰ ਦਿੰਨੇ ਨਾਂ ਵੀ ਦੱਸ ਦਿਆ ਕਰਾਂਗੇ ਕਿਹੜੇ ਆ ਹਨਾ ਤੇ ਦੇਖ ਲਓ ਜੀ ਸੋ ਵੀਡੀਓ ਆਪਣੀਆਂ ਬਹੁਤ ਚੱਲਦੀਆਂ ਜੇ ਕਿਸ ਨੇ ਐਡ ਕਰਾਉਣੀ ਸੰਪਰਕ ਕਰ ਲਿਓ ਤੇ ਭਰਾਵੋ ਚਿਕਨ ਨਾਲ ਰੋਟੀ ਖਲਾਉਣ ਵਾਲੇ ਦੂਰੀ ਦਿਓ ਆਪਾਂ ਨਹੀਂ ਖਾਣੀ ਤੇ ਭਰਾਵੋ ਓਕੇ ਜੀ ਤੇ ਬਾਕੀ ਰੇਡੀਓ ਤੇ ਅੱਜ ਵੀ ਨਹੀਂ ਆਉਣਾ ਤੇ ਬਾਕੀ ਦੇਖ ਲਓ ਜੀ ਵੀਡੀਓ ਤਾਂ ਦੇਖਦੇ 40 40 50 50 ਲੱਖ ਲੋਕ ਤੇ ਕਲਿੱਕਾਂ ਹਜ਼ਾਰ ਬੰਦਾ ਵੀ ਨਹੀਂ ਕਰਦਾ ਦੇਖ ਲਓ ਹਣਾ ਸੋ ਮੋਸਟਲੀ ਤੇ ਇਹੀ ਆ ਵੀ ਯਾਰ ਆਪਣਾ ਮਨੋਰੰਜਨ ਕਰਦਾ ਠੀਕ ਆ ਤੁਰਿਆ ਫਿਰਦਾ ਹਣਾ ਹਾਸੇ ਮੁਖੌਲ ਚ ਸਾਡਾ ਟਾਈਮ ਪਾਸ ਕਰਾ ਦਿੰਦਾ ਆ ਸੋ ਜਿਹੜੇ ਦਿਲੋਂ ਕਰਦੇ ਉਹ ਹੀ 11200 ਹੀ ਬੰਦਾ ਦੇਖ ਲਓ ਕੱਲ ਤਾਂ ਪ੍ਰਭੂ 1000 ਵੀ ਨਹੀਂ ਹੋਇਆ ਸੋ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਵੀਡੀਓ ਦੇਖਦਾ 40 ਲੱਖ ਤੇ ਕਲਿੱਕ ਕਰਦਾ 1000 ਵੀ ਨਹੀਂ ਪਰਸੈਂਟ ਬਣਾਉ ਤਾਂ ਮੈਨੂੰ ਲੱਗਦਾ 1% ਵੀ ਨਹੀਂ ਬਣਨਾ 40 ਲੱਖ ਦਾ 1000 ਕੀ ਕਰ ਸਕਦੇ ਆ ਹਣਾ ਕਹਿ ਸਕਦੇ ਆ ਡਾਂਗ ਤੱਕ ਕਿਸੇ ਦੇ ਮਾਰ ਨਾ ਰਹੇ ਹਣਾ ਸੋ ਇਹਦਾ ਮਤਲਬ ਇਹ ਆ ਵੀ ਮਤਲਬ ਚਲੋ ਠੀਕ ਹੈ ਜੀ ਨੇ ਕੱਲ ਕਲਿੱਕ ਕੀਤੀ ਉਹ ਕਹਿੰਦਾ ਮੈਂ ਰੋਜ਼ ਕਾਤੇ ਕਰੀ ਜਾਵਾਂ ਹਨਾ ਸੋ ਪਰ ਆਪ ਮੈਂ ਵੀ ਰੋਜ਼ ਲੱਭ ਕੇ ਲਿਆਉਣਾ ਹੀ ਆ ਚੀਜ਼ਾਂ ਤੁਹਾਡੇ ਲਈ ਤਾਂ ਸਕਿੰਟ ਦਾ ਕੰਮ ਹੈ ਮੇਰੇ ਤਾਂ ਕਈ ਘੰਟੇ ਲੰਘ ਜਾਂਦੇ ਚੀਜ਼ਾਂ ਹਨਾ ਫਾਈਂਡ ਆਊਟ ਕਰਨ ਨੂੰ ਸ਼ੇਅਰ ਕਰਨ ਨੂੰ ਸੋ ਕਰ ਦਿਆ ਕਰੋ ਹਨਾ ਮਤਲਬ 1 ਮਿੰਟ ਵੀ ਨਹੀਂ ਲੱਗਦਾ ਜੇ ਤੁਸੀਂ 5 ਤੋਂ 7 ਵਾਰੀ ਦਿਨ ਚ ਕਰੋ ਤੇ ਪਤਾ ਸਭ ਨੂੰ ਹੀ ਆ ਜੇ ਲਿੰਕ ਨਹੀਂ ਖੋਲਦਾ ਆਪ ਸਰਚ ਕਰਕੇ hindiradio.ca ਭਰ ਕੇ ਦੋ ਐਡਾ ਆਉਂਦੀਆਂ ਇੱਕ ਆ ਸਿਰੇ ਤੇ ਆਉਂਦੀ ਆ ਇਹ ਕੈਮਰੇ ਸਿਰ ਦੇ ਉੱਤੇ ਆਉਂਦੀ ਹਨਾ ਲਓ ਜੀ ਇੱਥੇ ਕਿਹੜਾ ਦੇਖੋ ਤੁਹਾਡੇ ਸਾਹਮਣੇ ਹੀ ਆ ਪੰਜ ਤੋਂ 7 ਸਕਿੰਟ ਦਾ ਕੰਮ ਆ ਇੱਕ ਨੂੰ ਕਲਿੱਕ ਕਰਨਾ ਉਹ ਨੀਲੀ ਧਾਰੀ ਖੁੱਲ ਗਈ ਨੀਲੀ ਧਾਰੀ ਸਿਰੇ ਤੇ ਪਹੁੰਚ ਗਈ ਉਹਨਾਂ ਦੀ ਵੈਬਸਾਈਟ ਖੁੱਲ ਗਈ ਮੈਂ ਕਿਹੜਾ ਕਰਨਾ ਕੁਝ ਬਾਏ ਕਰੋ ਜਾਂ ਕੁਝ ਕਰੋ ਇੱਥੋਂ ਆ ਦੇਖ ਲਿਆ ਚਾਲ ਜੀ ਇੱਥੋਂ ਭਰਾ ਦੂਜੀ ਐਡ ਤੇ ਜਦੋਂ ਸਿਰੇ ਤੇ ਉਹ ਨੀਲੀ ਪਹੁੰਚ ਗਈ ਹੈ ਲਓ ਤੁਹਾਡੇ ਸਾਹਮਣੇ 10 ਸਕਿੰਟ ਲੱਗਦੇ ਦੋਨਾਂ ਨੂੰ ਇੱਕ ਵਾਰ ਕਲਿੱਕ ਕਰਾਂ ਚ ਹਨਾ ਸੋ ਜੇ ਪੰਜ ਤੋਂ 7 ਵਾਰ ਨਹੀਂ ਕਰ ਸਕਦੇ ਇੱਕ ਵਾਰ ਤਾਂ ਕਰ ਦਿਆ ਕਰੋ ਭਰਾਵੋ ਹਨਾ ਤੇ ਮਤਲਬ ਹੁਣ ਤੁਮ ਬਾਕੀ ਮਰਜੀ ਤੁਹਾਡੀ ਆ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਹੋ ਜੀ ਤੇ ਕਲਿੱਕ ਕਰਦੇ ਹੋ ਜੇ ਕੋਈ ਐਡ ਕਰਾਉਣ ਦਾ ਚਾਹਵਨ ਉਹ ਵੀ ਸੰਪਰਕ ਕਰ ਲਿਓ ਤੇ ਚਿਕਨਾਂ ਰੋਟੀ ਖਿਲਾ ਦਾਂਗੇ ਉਹ ਦੂਰੇ ਹੀ ਰਹੋ ਭਰਾਵੋ ਹੱਥ ਜੋੜੇ ਆ ਖਰਚੇ ਬੜੇ ਆ ਪੂਰੇ ਕਿਸੇ ਪਾਸੇ ਹੁੰਦੇ ਨਹੀਂਗੇ ਜਿਹੜੇ ਚਾਰਜ ਕਰ ਸਕਦੇ ਆ ਜਿੱਦਾ ਬਾਕੀ ਰੇਡੀਓ ਵਾਲਿਆਂ ਨੂੰ ਤੁਸੀਂ 5-5 ਹਜ਼ਾਰ ਡਾਲਰ ਦਿੰਨੇ ਆ ਸੋ ਉਹਨਾਂ ਨਾਲ ਉਹ ਤਾਂ ਘੱਟੇ ਹੀ ਲਵਾਂਗੇ ਜਿਹੜੇ ਪੈਸੇ ਭੇ ਕਰ ਸਕਦੇ ਐਡ ਕਰਾ ਲਿਓ ਨਹੀਂ ਤਾਂ ਫਿਰ ਠੀਕ ਹੈ ਜੀ ਆ ਤੇ ਸਾਨੂੰ ਨਹੀਂ ਭਰਾਵੋ ਚਿਕਨਾਂ ਦੀ ਲੋੜ ਅਦਿਓਸ